अपने शहर और आसपास की खबरें पाने के लिए हमारे न्यूज़ चैनल को सब्सक्राइब करें और साथ में लगे घंटी वाले बटन को दबाएं। गत रात्रि एक युवक की बेरहमी से हत्या कर दी गई। ये वारदात थाना नंबर 6 के दिन पड़ते गुरु रविदास चौक के पास की है। ये भी सामने आया है कि युवक की हत्या करने वाले युवक नाबालिग लग रहे थे। बताया जा रहा है कि कत्ल पुरानी रंजिश के चलते हुआ है। गुरु रविदास जयंती के अवसर पर गतरा चल रहे मेले के दौरान युवक से मामूली बहस के बाद उसका कत्ल कर दिया गया। इस घटना से लोगों में दहशत फैल गई। युवक के गले पर चाकुओं से वार किए गए। कहा जा रहा है कि पुलिस ने आज सुबह सवेरे इस हत्या के मामले में कुछ लड़कों को शक के आधार पर हिरासत में लिया है। मृत की पहचान सर्वजीत के तौर पर हुई है। थाना नंबर 6 के प्रभारी सुरजीत सिंह ने बताया कि कुछ अज्ञात लोगों के खिलाफ हत्या का मामला दर्ज कर उनकी तलाश की जा रही है। इस मामले में कमिश्नर पुलिस जल्द ही प्रेस कॉन्फ्रेंस कर आरोपियों के बारे में खुलासा कर सकती है। ਇਹ ਸਰਬਜੀਤ ਹੈ ਜੀ, ਆਪਣਾ ਛੋਟਾ ਭਰਾ ਸੀਗਾ ਆਵਾਦਪੁਰੇ ਤੋਂ, ਅਤੇ ਕੱਲ੍ਹ ਮੇਲਾ ਦੇਖਣ ਗਏ ਆ, ਅਤੇ ਇਹ ਮੁੰਡਾ ਨੀਰ ਜੀ ਆ, ਇਹ ਛੋਟੀ ਜਿਹੀ ਗੱਲ 'ਤੇ ਬਹਿਸ ਕਰਨ ਲੱਗ ਪਿਆ। ਸ਼ਰਾਬ ਪੀਤੀ ਹੋਈ ਸੀ ਅਤੇ ਥੋੜ੍ਹੀ ਗੱਲ ਵਧੀ, ਅਤੇ ਉਸ ਤੋਂ ਬਾਅਦ ਉਹਨੇ ਆਪਣੇ ਭਰਾ ਨੂੰ ਫੋਨ ਕੀਤਾ ਸੂਰਜ। ਉਹ ਜਦੋਂ ਆਏ ਆ, ਇਹ 6 ਜਣੇ ਸੀ, ਅਤੇ ਇੰਨੀ ਮਗਰ ਦੀ ਆ ਕੇ ਉਹ ਮੁੰਡੇ ਦੇ ਮਾਰ ਦਿੱਤੇ, ਅਤੇ ਸਾਡੇ ਮੁੰਡੇ ਥੋੜ੍ਹੇ ਦੂਰ ਸੀਗੇ ਜਦੋਂ ਤੱਕ ਆਏ ਆ, ਇੰਨੇ 'ਚ ਨੂੰ ਬਲੱਡ ਸਾਰਾ ਵਗ ਚੁੱਕਾ ਸੀਗਾ। 4 ਹੋਸਪਿਟਲਾਂ 'ਚ ਗਏ ਅਤੇ ਜੌਲ ਹੋਸਪਿਟਲ ਨੂੰ ਜਵਾਬ ਦੇ ਦਿੱਤਾ, ਉੱਥੇ ਜਾਣੀ ਕਿ ਸਵਾਸ ਪੂਰੇ ਹੋਏ ਸੀ। ਇਹ ਪਤਾ ਲੱਗਾ ਮਾਰਿਆ ਕੀ ਸੀਗਾ? ਇਹ ਜੀ ਸਰਜੀਕਲ ਬਲੇਡ ਰੱਖਦਾ ਮੁੰਡਾ, ਉਹਨੇ ਉਹ ਮਾਰੇ। ਅਤੇ 2 ਜਣੇ ਨਹੀਂ ਸੀ, ਇੱਕ ਜੋਗੀ ਸੀ ਉਹ ਸੀ, ਅਤੇ ਦੂਜਾ ਨੀਰ ਜੀ ਸੀਗਾ, ਅਤੇ 6 ਜਣੇ। ਅਤੇ ਕਾਰਨ ਕੀ ਸੀਗਾ? ਕਾਰਨ ਕੀ, ਕੋਈ ਪੁਰਾਣੀ ਦੁਸ਼ਮਣੀ ਹੈ ਕੀ? ਪੁਰਾਣੀ ਦੁਸ਼ਮਣੀ ਨਹੀਂ, ਵੈਸੇ ਬਹਿਸ ਹੋਈ ਆ ਅੱਜ, ਸਿਰਫ ਪੋਸਟਰ ਤੋਂ ਕਿ ਮੇਰੀ ਫੋਟੋ ਨਹੀਂ ਲਗਾਈ। ਜਿਹੜਾ ਚੀਮਾ ਸੀ ਇਹ ਰੋਕਦਾ ਪਿਆ ਸੀ, ਉਹ ਬੁਲਟ ਦੇ ਪਟਾਕੇ ਵੀ ਆਉਂਦਾ ਸੀ, ਕਹਿੰਦੇ ਯਾਰ ਬੁਲਟ ਦੇ ਪਟਾਕੇ ਨਾ ਵਜਾ, ਮਹੱਲੇਦਾਰੀ ਆ। ਉਹ ਇਸ ਗੱਲ ਤੋਂ ਹੀ ਖੁੰਦਕ ਦੇ ਮਾਰੇ ਨੇ ਇਹ ਕੰਮ ਕੀਤਾ। ਅਤੇ ਜਿਹੜਾ ਇਹ ਵਾਕਿਆ ਵਰਤਿਆ, ਕਿੱਥੇ ਕੁ ਵਰਤਿਆ ਗਿਆ? ਇਹ ਰਵਿਦਾਸ ਚੌਂਕ ਮੇਨ ਵਿੱਚ ਜੀ। ਅਤੇ ਇਹਨੂੰ ਕੌਣ ਲੈ ਕੇ ਹਸਪਤਾਲ ਗਿਆ ਸੀਗਾ? ਇਹਨੂੰ ਜੀ ਇਹ ਮੇਰਾ ਮੁੰਡਾ ਆਪਣਾ, ਇੱਕ ਇਹ ਆ, ਇੱਕ ਵਿਸ਼ਾਲ ਆ, ਆਹ ਮੁੰਡਾ ਸੀਗਾ। ਅਤੇ ਇਹਨਾਂ ਨੂੰ ਭਾਅ ਜੀ ਪਤਾ ਕਿੱਦਾਂ ਲੱਗਾ? ਇਹ ਕੋਲ ਹੀ ਸੀਗੇ ਉੱਥੇ। ਓਕੇ। ਅਤੇ ਇੰਨੇ 'ਚ ਇਹਨੂੰ ਡਿੱਗ ਪਿਆ ਸੀ ਥੱਲੇ, ਜਦੋਂ ਚੱਕ ਕੇ ਲਗਾਇਆ ਹੋਸਪਿਟਲ ਵਾਲਿਆਂ ਨੇ ਜਵਾਬ ਦਿੱਤਾ ਸੀ ਇਹਨਾਂ ਨੂੰ। ਜਿਨ੍ਹਾਂ ਨੇ ਮਾਰਿਆ ਉਹ ਮੁੰਡੇ ਦੇ ਕਿੱਥੇ ਰਹਿਣ ਵਾਲੇ? ਉਹ ਆਵਾਦਪੁਰੇ ਦੇ, ਸੋਨ ਟੋਪੀ ਦੇ ਮੁੰਡੇ ਆ। ਇੱਕ ਬੰਦੇ ਨੂੰ ਫੜਿਆ ਭਾਅ ਜੀ? ਨਹੀਂ ਕੋਈ ਨਹੀਂ ਜੀ, ਨਹੀਂ ਉਹ ਭੱਜੇ ਆ ਸਾਰੇ। ਹੁਣ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਜਾ ਰਿਹਾ ਤੁਹਾਨੂੰ? ਪੁਲਿਸ ਪ੍ਰਸ਼ਾਸਨ ਨਾਲ ਆ ਸਾਡੇ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਜਲਦ ਤੋਂ ਜਲਦੀ ਕਾਰਵਾਈ ਕਰਕੇ ਫੜਾਂਗੇ। ਅਤੇ ਵੈਸੇ ਮੁੰਡਾ ਜਿਹਦੀ ਡੈਥ ਹੋਈ ਆ, ਕੀ ਕੰਮ ਕੀ ਕਰਦਾ ਸੀ? ਇਹ ਟੈਟੂ ਬਣਾਉਂਦਾ ਸੀ ਜੀ। ਕਿੱਥੇ ਦਾ ਰਹਿਣ ਵਾਲਾ? ਅਤੇ ਆਵਾਦਪੁਰੇ ਦਾ ਰਹਿਣ ਵਾਲਾ ਆ, ਅਤੇ ਅੱਪਰੇ ਦੁਕਾਨ ਸੀ। ਇਹ ਤਾਂ ਮੇਲਾ ਦੇਖਣ ਆਇਆ ਸੀਗਾ ਇੱਥੇ। ਯਾਨੀ ਕਿ ਮੇਲੇ ਦੇ ਵਿੱਚ ਮਾੜੀ ਮੋਟੀ ਜਿਹੜੀ ਲੜਾਈ ਹੋਈ ਆ, ਇਸ ਇਹ ਵਾਪਰ ਲੈ ਬੁਲਟ ਪਟਾਕੇ ਲੈ ਕੇ ਫਿਰ ਉਸ ਤੋਂ ਬਾਅਦ ਇਸ ਮੁੰਡੇ ਦੇ ਘਰ ਧਮਕੀ ਦੇ ਗਏ ਆ। ਕੌਣ? ਉਹ ਹੀ ਨੀਰਜ ਹੁਣੀ ਵੀ ਤੈਨੂੰ ਮਾਰ ਦੇਣਾ। ਮਰਨ ਤੋਂ ਬਾਅਦ? ਹਾਂ, ਮਾਰਨ ਤੋਂ ਬਾਅਦ। ਉਸ ਤੋਂ ਬਾਅਦ ਵਿਸ਼ਾਲ ਦੇ ਘਰ ਵਿਸ਼ਾਲ ਨੂੰ ਫੋਨ ਕੀਤਾ ਵੀ ਤੈਨੂੰ ਵੀ ਅਸੀਂ ਮਾਰਨਾ ਜੇ ਸਾਡੇ 'ਤੇ ਪਰਚਾ ਹੋ ਗਿਆ। ਓਕੇ। ਹਾਂਜੀ, ਫਿਰ ਇਹਨੂੰ ਇਹਨਾਂ ਦੇ ਘਰ ਧਮਕੀ ਦੇ ਗਿਆ ਵੀ ਤੈਨੂੰ ਵੀ ਅਸੀਂ ਮਾਰਨਾ ਹੈ। ਫਿਰ ਦੱਸਿਆ ਪੁਲਿਸ ਨੂੰ? ਹਾਂ, ਪੁਲਿਸ ਨੂੰ ਦੱਸਿਆ। ਹਾਂਜੀ, ਤੁਹਾਨੂੰ ਕੀ ਕਿਹਦਾ ਫੋਨ ਆਇਆ ਸੀਗਾ ਤੁਹਾਨੂੰ? ਸਾਨੂੰ ਸਰ ਜੀ ਫੋਨ ਆਇਆ, ਸਾਡੇ ਘਰ ਆਇਆ ਸੀਗਾ। ਕਿਉਂ ਆਇਆ ਤੁਹਾਡੇ ਘਰ? ਸੂਰਜ ਜੀ ਕੀ ਕਹਿੰਦਾ? ਸੂਰਜ ਉਹ ਕਹਿੰਦਾ ਤੁਹਾਨੂੰ ਜਾਨੋ ਮਾਰਨਾ ਆਇਆ ਸੀਗਾ, ਅਸੀਂ ਟਾਟਾ ਸਪਾਇਆ ਕਰਦਾ। ਤੁਸੀਂ ਨਾਲ ਸੀ ਜਦੋਂ ਮਰਡਰ ਹੋਇਆ? ਸਰ ਜੀ ਨਾਲ ਸੀ। ਅੱਛਾ, ਅਤੇ ਤੁਹਾਨੂੰ ਕੌਣ ਕੌਣ ਘਰ ਆਇਆ ਸੀ? ਕੌਣ ਕੌਣ ਘਰ ਆਇਆ ਸੀ ਤੁਹਾਡੇ? ਸੂਰਜ ਜੀ ਆਇਆ ਸੀਗਾ। ਸੂਰਜ ਆਇਆ ਸੀ, ਮੈਂ ਘਰ ਰਹਿੰਦੇ ਸੀ, ਮੰਮੀ ਵੀ ਘਰ ਸੀਗੇ। ਤੁਹਾਡੀ ਮੰਮੀ ਨੂੰ ਕਹਿ ਕੇ ਗਿਆ? ਹਾਂਜੀ, ਮੰਮੀ ਉਹਨਾਂ ਨੂੰ ਧਮਕੀ ਦੇ ਗਿਆ। ਕੀ ਕਹਿ ਕੇ ਗਿਆ? ਕਹਿੰਦਾ ਜੀ ਇਹਨਾਂ ਦਾ ਸਪਾਇਆ ਕਰਨਾ, ਇਹਨਾਂ ਨੂੰ ਮਾਰਨਾ, ਬਚ ਕੇ ਰਹਿਣਾ। ਹਾਂਜੀ ਭਾਈ, ਦੱਸੋ ਕੀ ਗੱਲ ਕੀ, ਦੁਬਾਰਾ ਫੋਨ ਕਿਹਦੇ ਆਏ ਸੀਗੇ? ਭਾਈ ਇਹਨਾਂ ਨੂੰ ਨਾ ਵਿਸ਼ਾਲ ਨੂੰ ਫੋਨ ਆਇਆ ਸੀਗਾ, ਨੀਰੇ ਦਾ, ਠੀਕ ਹੈ ਜੀ। ਨੀਰੇ ਨੇ ਇਹਨੂੰ ਫੋਨ 'ਤੇ ਕਿਹਾ ਕਿ ਸਾਡਾ ਜੇ ਤੁਸੀਂ ਸਾਡੇ 'ਤੇ ਪਰਚਾ ਕਟਾਓਗੇ ਅਤੇ ਤੁਹਾਨੂੰ ਅਸੀਂ ਗੋਲੀਆਂ ਮਾਰਾਂਗੇ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹ ਪਹਿਲਾਂ ਵੀ ਇੱਕ ਵਾਰ ਇਸ ਗੱਲ ਹੋਈ ਸੀਗੀ, ਠੀਕ ਹੈ ਜੀ। ਅਤੇ ਇਹ ਇਹਨਾਂ ਨੇ ਕੋਈ ਮਾਸੀ ਦਾ ਮੁੰਡਾ ਆ, ਅਤੇ ਉੱਥੇ ਰਹਿੰਦੇ ਹੁਸ਼ਿਆਰਪੁਰ। ਹੁਸ਼ਿਆਰਪੁਰ ਇਹਨੇ ਪਹਿਲਾਂ ਵੀ ਉਹ ਬੇਚਾਰਾ ਗੋਲੀ ਦੇ ਕਾਂਡ 'ਚ ਅੰਦਰ ਰਹਿ ਕੇ ਆਇਆ, ਅਤੇ ਉਹਨਾਂ ਦੇ ਮਾਸੀ ਦੇ ਮੁੰਡੇ ਪਹਿਲਾਂ ਵੀ ਅਸੀਂ 2 ਨੰਬਰ ਹੀ ਆ ਕੰਮ ਕੁੰਮ ਕਰਦੇ। ਨੀਰੇ ਕੌਣ ਆ ਬੰਦਾ? ਨੀਰੇ ਜੀ ਮੇਨ ਮੁੰਡਾ, ਜਿਹਨੇ ਛੁਰੀਆਂ ਮਾਰੀਆਂ ਆ ਮੁੰਡੇ ਦੇ, ਜਿਹਨੇ ਕਤਲ ਕੀਤਾ ਹੁਣ ਜੀ। ਤੁਹਾਨੂੰ ਦੁਬਾਰਾ ਧਮਕੀ ਦਿੱਤੀ ਫੋਨ 'ਤੇ? ਹਾਂਜੀ, ਫੋਨ 'ਤੇ ਵਿਸ਼ਾਲ ਨੂੰ ਧਮਕੀ ਦਿੱਤੀ ਆ, ਅਤੇ ਕਾਲੂ ਨੂੰ ਘਰ ਉਹਦੀ ਮਾਤਾ ਨੂੰ ਸੂਰਜ ਕਹਿ ਕੇ ਆਇਆ ਜਾ ਕੇ ਜੀ, ਸੂਰਜ ਕਹਿ ਕੇ ਆਇਆ ਉਹਦੀ ਮਾਤਾ ਨੂੰ ਕਿ ਤੁਹਾਡਾ ਮੁੰਡਾ ਵੀ ਅਸੀਂ ਇੱਦਾਂ ਹੀ ਕਰ। ਤੁਹਾਨੂੰ ਵੀ ਆਈ ਹੈ? ਹਾਂਜੀ, ਸਾਨੂੰ ਸਾਨੂੰ ਇੱਦਾਂ ਸੀਗਾ ਸਰ, ਸਾਡੀ ਰਿਸ਼ਤੇਦਾਰੀ ਘਰ ਆਈ ਹੋਈ ਸੀਗੀ, ਅਤੇ ਸਾਡੇ ਰਿਸ਼ਤੇਦਾਰ ਬਾਹਰ ਜਿੱਦਾਂ ਜਿੱਦਾਂ ਬਾਈਕਾਂ ਕੱਢੀਆਂ ਉਹਨਾਂ ਨੇ, ਅਤੇ ਉੱਪਰੋਂ ਨੀਰੇ ਨੇ ਵਾਜਾ ਲਾ ਰਿਹਾ ਸੀਗਾ, ਇਹਨਾਂ ਦੇ ਭੈਣ ਚੋਦਾ ਦੇ ਇੱਟਾਂ ਮਾਰੋ, ਇਹਨਾਂ ਦੇ ਵੀ ਗੋਲੀਆਂ ਮਾਰਨੀ ਨਹੀਂ ਦਾ ਸੀ। ਠੀਕ। ਹਾਂਜੀ ਭਾਈ, ਕੀ ਨਾਮ ਆ ਤੁਹਾਡਾ? ਵਿਸ਼ਾਲ। ਅਤੇ ਕੀ ਗੱਲ ਹੋਈ, ਤੁਹਾਨੂੰ ਕਿਹਦਾ ਫੋਨ ਆਇਆ? ਮੈਨੂੰ ਨੀਰੇ ਕੁਮਾਰ ਦਾ ਆਇਆ ਸੀ ਭਾਈ, ਰਾਤੀ। ਕੀ ਕਹਿੰਦਾ? ਕਹਿ ਰਿਹਾ ਸੀ ਜੇ ਮੇਰੇ 'ਤੇ ਪਰਚਾ ਹੋਊਗਾ ਤਾਂ ਤੁਹਾਡੇ ਗੋਲੀਆਂ ਮਾਰਨੀਆਂ। ਅੱਛਾ, ਹੋਰ ਕਿਹਦਾ ਕਿਹਦਾ ਆਇਆ?
ਹੋਰ ਨਹੀਂ ਕਿਸੇ ਦਾ ਨੀਰੇ ਦੇ ਆਇਆ ਤੁਹਾਨੂੰ ਫੋਨ ਆਇਆ ਤੁਹਾਡੇ ਵੀ ਕਰਿਆ ਇਹ ਨਹੀਂ ਘਰੇ ਨਹੀਂ ਮੈਨੂੰ ਫੋਨ ਹੀ ਆਇਆ ਸੀ ਇਹ ਨੀਰੇ ਕੌਣ ਹੈ ਨੀਰੇ ਜਿਹੜਾ ਮੇਨ ਮੁੰਡਾ ਜਿਹਨੇ ਉਹ ਮਾਰਿਆ ਮੁੰਡੇ ਨੇ ਅੱਛਾ ਦੱਸ ਦਿਓ ਜਿਹੜਾ ਮਾਮਲਾ ਹੋਇਆ ਜਿਹੜਾ ਸਾਰਾ ਪ੍ਰੋਪਰ ਕੱਲ੍ਹ ਰਾਤ ਜਿਹੜਾ ਲੇਟ ਨਾਈਟ ਕੋਈ ਜਿਹੜੀ ਰਿਪੋਰਟ ਆਈ ਆ ਜੌਲ ਹੋਸਪਿਟਲ ਤੋਂ ਕਿ ਸਰਬਜੀਤ ਦੀ ਸਚੀਮਾ ਨਾਂ ਦਾ ਲੜਕਾ ਜਿਹਦੀ ਉੱਥੇ ਡੈਥ ਹੋ ਗਈ ਹੋਸਪਿਟਲ ਦੇ ਵਿੱਚ ਜੌਲ ਦੇ ਵਿੱਚ ਜਾਂਦੇ ਆ ਔਰ ਇਹ ਇਹਦੇ ਨਾਲ ਜਿਹੜੇ ਲੜਕੇ ਸੀਗੇ ਅਸ਼ਵਨੀ ਅਤੇ ਵਿਸ਼ਾਲ ਜਿਹੜੇ ਨਾਲ ਇਹਦੇ ਜਾਂ ਹੋਰ ਵੀ ਇਹਦੇ ਫਰੈਂਡ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਇਹ ਦੱਸਿਆ ਵੀ ਜਦੋਂ ਇਹ ਆਬਾਦਪੁਰਿਓਂ ਇਕੱਠੇ ਸੀਗੇ ਉੱਥੇ ਨੀਰਜ ਔਰ ਸੂਰਜ ਦਾ ਵੀ ਘਰ ਉੱਥੇ ਆ ਇੱਕੋ ਗਲੀ ਦੇ ਰਹਿਣ ਵਾਲੇ ਆ ਇਹ ਜਦੋਂ ਰਾਤ ਕਿਤੇ ਇਹ ਨੀਰਜ ਹੋਣੀ ਆਪਣਾ ਘਰੇ ਸ਼ਰਾਬ ਵਗੈਰਾ ਪੀ ਰਹੇ ਸੀਗੇ ਜਦੋਂ ਇਹ ਰਾਤ 10 ਵਜੇ ਇੱਧਰ ਨੂੰ ਨਿਕਲੇ ਆ ਔਰ ਆਪਣੀ ਉਹ ਜਿਹੜੀ ਗਲੀ ਵਿੱਚ ਦੀ ਕਈ ਹੋਸਪਿਟਲ ਵੱਲ ਨੂੰ ਆ ਰਹੇ ਸੀਗੇ ਤਾਂ ਉੱਥੇ ਆ ਕੇ ਇਹਨਾਂ ਦਾ ਆਪਸ ਵਿੱਚ ਇੱਕ ਦੂਜੇ ਨੂੰ ਝਗੜਾ ਹੋ ਗਿਆ ਪਹਿਲਾਂ ਤਾਂ ਇਹਨਾਂ ਨੇ ਇੱਕ ਦੂਜੇ ਦੀ ਕਮੀਜ਼ ਕਮੂਜ਼ ਦੇ ਕਾਲਰ ਖਿੱਚੇ ਲੇਕਿਨ ਉਸ ਤੋਂ ਬਾਅਦ ਜਿਹੜਾ ਨੀਰਜ ਨੇ ਇਹਦੇ ਸਰਬ ਦੇ ਚੀਮੇ ਦੇ ਕੋਈ ਤੇਜ਼ ਤਿੱਖੀ ਚੀੜੀ ਚੀਜ਼ ਆ ਉਹਦੇ ਨਾਲ ਧੌਣ 'ਤੇ ਵਾਰ ਕਰ ਦਿੱਤਾ ਅਤੇ ਜਿਹਦੇ ਕਰਕੇ ਉਹਦੇ ਵਾਰ ਕਰਨ ਦੇ ਨਾਲ ਉਹਦੇ ਕਾਫੀ ਉੱਥੇ ਜਿਹੜਾ ਬਲੀਡਿੰਗ ਹੋਈ ਔਰ ਉਹਨੂੰ ਜਦੋਂ ਹੋਸਪਿਟਲ ਲੈ ਕੇ ਗਿਆ ਲੇਕਿਨ ਉਹ ਜੌਲ ਹੋਸਪਿਟਲ ਜਾ ਕੇ ਉਹਦੀ ਜਿਹੜੀ ਆ ਮੌਤ ਹੋ ਜਾਂਦੀ ਆ ਸਰ ਚੀਮਾ ਕਿੱਥੇ ਰਹਿਣ ਵਾਲਾ ਜੀ ਚੀਮਾ ਜਿਹੜਾ ਆ ਇਹ 25-26 ਸਾਲ ਦੀ ਲੜਕਾ ਆ ਲੇਕਿਨ ਇਹ ਆਬਾਦਪੁਰੇ ਦਾ ਹੀ ਰਹਿਣ ਵਾਲਾ ਵੀ ਪਰ ਹੁਣ ਪਿਛਲੇ ਕੁਝ ਥੋੜ੍ਹੇ ਜਿਹੇ ਟਾਈਮ ਤੋਂ ਇਹ ਗਰਾਇਆ ਇਹਦੀ ਕੋਈ ਅਪਰੇ ਆਪਣੀ ਦੁਕਾਨ ਆ ਜਿੱਥੇ ਆਪਣੀ ਦੁਕਾਨ ਦਾ ਕੰਮ ਕਰਦਾ ਆ ਔਰ ਉਹਦੀ ਮਾਤਾ ਵੀ ਜਿਹੜੀ ਆ ਇਹ ਵੀ ਉਹਦਾ ਪਿੰਡ ਪਾਲਾ ਆ ਉੱਥੇ ਰਹਿੰਦੀ ਆ ਉਹਦੇ ਕੋਲ ਹੀ ਇੱਥੇ ਜ਼ਿਆਦਾ ਰਹਿੰਦਾ ਸੀ ਸਰ ਕੋਈ ਪੁਰਾਣੀ ਰੰਜਿਸ਼ ਕਰਕੇ ਕੰਮ ਆਇਆ ਕਿੱਦਾਂ ਨਹੀਂ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਗੀ ਇੱਕੋ ਹੀ ਮੁਹੱਲੇ ਦੇ ਰਹਿਣ ਵਾਲੇ ਆ ਔਰ ਸਾਰੇ ਆਪਸ ਵਿੱਚ ਵਾਕੋਕਾਰ ਦੋਸਤ ਸੀਗੇ ਕੱਲ੍ਹ ਵੀ ਆਪਸ ਵਿੱਚ ਇਕੱਠੇ ਹੀ ਉੱਥੋਂ ਗਲੀ ਦੇ ਵਿੱਚ ਘੁੰਮਦੇ ਆ ਰਹੇ ਸੀ ਪਰ ਕਿਸੇ ਛੋਟੀ ਜਿਹੀ ਕਿਸੇ ਗੱਲ ਤੋਂ ਬਹਿਸ ਹੋ ਗਈ ਜੋ ਦੱਸਣ ਮੁਤਾਬਕ ਅਤੇ ਉਸ ਬਹਿਸ ਕਰਕੇ ਇਹਨਾਂ ਨੇ ਜਿਹੜਾ ਅਤੇ ਤਿੱਖੀ ਚੀਜ਼ ਮਾਰੀ ਜਿਹਦਾ ਕਰਕੇ ਉਹਦੀ ਕੋਈ ਜ਼ਿਆਦਾ ਪ੍ਰੋਬਲਮ ਆ ਗਈ ਹੁਣ ਪੋਸਟਮਾਰਟਮ ਪਤਾ ਲੱਗੂਗਾ ਉਹਦਾ ਵੀ ਕੀ ਉਹਦੇ ਕੱਟਿਆ ਗਿਆ ਨਸ ਕੱਟੀ ਕੀ ਹੋਇਆ ਪੁਲਿਸ ਵੱਲੋਂ ਕਿੰਨੇ ਬੰਦਿਆਂ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਅਸੀਂ ਇਹਦੇ 'ਚ ਜਿਹੜੇ ਇਹਨਾਂ ਨੇ ਸਾਨੂੰ 6 ਬੰਦੇ ਬਾਈ ਨੇ ਵਿਖਾਤੇ ਆ ਉਹਨਾਂ 'ਤੇ ਅਸੀਂ ਕਾਰਵਾਈ ਕਰ ਰਹੇ ਸਰ ਬੰਦਾ ਵੀ ਅਰੈਸਟ ਹੋਇਆ ਹਾਲੇ ਤੱਕ ਕੋਈ ਨਹੀਂ ਅਜੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜਲਦ ਫੜਾਂਗੇ ਉਹਨਾਂ ਐਨਕਾਊਂਟਰ ਜਲੰਧਰ ਸੇ ਵਰੁਣ ਕੀ ਰਿਪੋਰਟ।